ਅੱਜ ਪਿੰਡ ਤਾਮਕੋਟ ਵਿਖੇ ਅੱਗ ਲੱਗਣ ਕਾਰਨ ਕਣਕ ਦੀ qryb 75 ਏਕੜ ਫਸਲ ਸੜ ਕੇ ਰਾਖ ਹੋ ਗਈ। ਪੁੱਤਾਵੰਗ ਪਾਲੀ ਫਸਲ ਆਪਣੀਆਂ ਅੱਖਾਂ ਸਾਹਮਣੇ ਸੜਦੀ ਵੇਖ ਕੇ ਪੀੜਤ ਕਿਸਾਨਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਪਏ। ਅਚਾਨਕ ਬਾਦਪੈਰ ਜਦੋਂ ਇੱਕ ਖੇਤ ਵਿੱਚ ਕਿਸਾਨ ਵੱਲੋਂ ਕਣਕ ਵੱਢੀ ਜਾ ਰਹੀ ਸੀ ਤਾਂ ਉਹ ਟਰਾਲੇ ਰਾਹੀਂ ਕਣਕ ਲਿਜਾ ਰਿਆ ਸੀ। ਉਸ ਵੇਲੇ ਪਤਾ ਲੱਗਾ ਕਿ ਪਿਛਲੇ ਪਾਸੇ ਕਣਕ ਵਿੱਚ ਅੱਗ ਟੁਖਣ ਲੱਗੀ ਹੈ ਜੋ ਹਵਾ ਚੱਲਣ ਕਾਰਨ ਜਲਦੀ ਹੀ ਫੈਲ ਗਈ। ਅਤੇ ਆਸ-ਪਾਸ ਦੇ ਰਕਵੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਅੱਗ ਤੇ ਕਾਬੂ ਪਾਉਣ ਲਈ ਮਲੂਠ ਗਿੱਦੜਵਾਹਾ ਅਤੇ ਸ਼੍ਰੀ ਮਕਸਦ ਸਾਹਿਬ ਤੋਂ ਫਾਇਰ ਵਰਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਤੇ ਵੱਖ-ਵੱਖ ਕਿਸਾਨਾਂ ਦੀ 75 ਏਕੜ ਤੋਂ ਵੱਧ ਕਣਕ ਦੀ ਪੱਕੀ ਫਸਲ ਸੜ ਕੇ ਰਾਖ ਹੋ ਗਈ। ਇਸ ਮੌਕੇ ਤੇ ਏਡੀਓ ਖੇਤੀਬਾੜੀ ਵਿਭਾਗ ਦੇ ਪਰਵਿੰਦਰ ਸਿੰਘ, ਫਾਇਰ ਆਫੀਸਰ ਬਲਦੇਵ ਸਿੰਘ ਅਤੇ ਵੱਖ-ਵੱਖ ਕਿਸਾਨਾਂ ਨੇ ਕਿਹਾ ਮੈਂ ਪਰਮਿੰਦਰ ਸਿੰਘ ਤੰਜੂ ਏਡੀਓ ਮਲੋਟ ਬੜੀ ਮੰਦ ਭਾਗੀ ਘਟਨਾ ਹੋਈ ਹੈ 60 ਏਕੜ ਦੇ ਕਰੀਬ ਪਿੰਡ ਤਾਮਕੋਟ ਤੇ ਭੁੰਦਰ ਦੇ ਕਿਸਾਨਾਂ ਦੀ ਜਿਹੜੀ ਫਸਲ ਸੀ ਕਣਕ ਦੀ ਉਹ 100% ਨੁਕਸਾਨ ਹੋ ਕੇ ਬਿਲਕੁਲ ਸੜ ਚੁੱਕੀ ਹੈ ਉਹਨਾਂ ਜ਼ਿਮੀਦਾਰਾਂ ਦੇ ਅਸੀਂ ਨਾਂ ਰਕਬਾ ਸਾਰਾ ਲਿਖ ਲਿਆ ਤੇ ਸਾਰੇ ਆਸ-ਪਾਸ ਦੇ ਜ਼ਿਮੀਦਾਰਾਂ ਨੇ ਇਕੱਠੇ ਹੋ ਕੇ ਫਾਇਰ ਬ੍ਰਿਗੇਡ ਵੀ ਜਿੰਨਾ ਜਿਹਨੂੰ ਵੀ ਪਤਾ ਲੱਗਿਆ ਸਾਰਿਆਂ ਨੇ ਬਹੁਤ ਹੀ મતਲਬ ਮਿਹਨਤ ਕਰਕੇ ਅੱਗ ਤੇ ਕਾਬੂ ਪਾਇਆ ਤੇ ਪਰ ਬਹੁਤ ਦੁੱਖ ਦੀ ਗੱਲ ਹੈ ਵੀ ਜ਼ਿਮੀਦਾਰਾਂ ਦਾ ਨੁਕਸਾਨ ਸਾਰਾ ਹੋ ਚੁੱਕਿਆ ਜਿੱਥੇ ਅੱਗ ਲੱਗੀ ਇਹ ਨਹੀਂ ਜੀ ਸਾਨੂੰ ਪਤਾ ਅਸੀਂ ਤਾਂ ਹੁਣੇ ਆਏ ਆ ਥੋੜੇ ਤੋਂ ਪਹਿਲਾਂ ਆ ਕੇ ਪਹੁੰਚੇ ਅੱਗ ਬੁਝ ਚੁੱਕੀ ਸੀ ਇਹ ਇਹ ਬੜਾ ਸ਼ੁਕਰ ਹੈ ਰੱਬ ਦਾ ਵੀ ਅੱਗ ਬੁਝ ਗਈ ਹੈ ਟਾਈਮ ਨਾਲ ਆ ਗਾ ਨਹੀਂ ਹੋਈ ਇਹਦੇ ਵਿੱਚ ਜੀ ਅਸੀਂ ਜੋ ਨੋਟ ਕੀਤੇ ਐ 9 10 ਜ਼ਿਮੀਦਾਰ ਨੇ ਉਹਨਾਂ ਦੇ ਕਿਸੇ ਦੇ 10 ਏਕੜ ਹੈ ਕਿਸੇ ਦੇ 9 ਹੈ ਕਿਸੇ ਦੇ 4 ਹੈ ਇੱਕ ਦੇ 25 ਹੈ ਇਸ ਤਰ੍ਹਾਂ ਕਰਕੇ ਲੱਗੀ ਅੱਗ ਜੀ ਟਰੈਕਟਰ ਤੋਂ ਟਰੈਕਟਰ ਨੇ ਸ਼ਾਰਟ ਕੀਤਾ ਜੀ ਅੱਛਾ ਹਾਂਜੀ ਹਾਂ ਓਵਰਲੋਡ ਟਰਾਲੀ ਸੀਗੀ ਉਹਨੇ ਛਾੜ ਕਰਤਾ ਹਾਂਜੀ ਬਜ਼ੁਰਗੀ ਕੀ ਲਾਉ ਆਪਾਂ ਰਿਸ਼ਪਾਲ ਸਿੰਘ ਜੀ ਥਾਂਗਪੁਰ ਜੀ ਕਿਵੇਂ ਨੁਕਸਾਨ ਹੋਇਆ ਤੁਹਾਡਾ ਕਿੰਨਾ ਕੋਈ ਜੀ ਇਹ ਤਾਂ ਟਰੈਕਟਰ ਟਰਾਲੀ ਖੁੱਬੋ ਕੇ ਕੋਈ ਉਹ ਜਦੋਂ ਕੱਢਦੇ ਸੀ ਜਿੱਥੇ ਟਰੈਕਟਰ ਵਿੱਚ ਭਜਨ ਲੋਡ ਤੋਂ ਵੱਧ ਸੀ ਖੁੱਬ ਗਏ ਤੇ ਉਹਦੇ ਨਾਲ ਕੱਢਣ ਲੱਗੇ ਚੰਗੜਾ ਮਾਰ ਕੇ ਤੇ ਅੱਗ ਸ਼ੁਰੂ ਹੋ ਗਈ ਅੱਗ ਜਦੋਂ ਬੁਝਾਉਣ ਲੱਗੇ ਨਹੀਂ ਬੁਝੀਗੀ ਜ਼ੋਰ ਬਹੁਤ ਕੰਟਰੋਲ ਕੀਤਾ ਪਿੰਡੋਂ ਐਮਰਜੈਂਸੀ ਵੀ ਮਗਾਈਓ ਪਜਾਣ ਅਸਵੀ ਕੀਤੀ ਪਰ ਕੋਈ ਉਜਰ ਨਹੀਂ ਚੱਲਿਆ ਜਦੋਂ ਮੱਚੀ ਜਾਂਦੀ ਅੱਗ ਮੈਂ ਵੇਖ ਲਈ ਆਪਦੇ ਵਾਣ ਵਿੱਚ ਮੈਥੋਂ ਪਰਦਾਤ ਨਹੀਂ ਬੁੜ ਗਿਆ ਮਾਪੂਟਾ ਮੱਚੀ ਜਾਂਦੀ ਨਾਓ 1 ਏਕੜ ਵਾਣ ਮੇਰੇ ਕੋਲੇ 3 ਏਕੜ ਮੇਰੇ ਆਪਦੇ ਭਰਾਵਾਂ ਦਾ ਠੇਕੇ ਦੇ ਲਿਆ 3 ਏਕੜ ਮੇਰਾ ਆਪਦਾ ਤੇ ਸਾਰੀ ਦੀ ਸਾਰੀ ਮੱਚ ਚੁੱਕੀ ਹੈ ਹਾਂ ਜੀ ਹਾਂ ਜੀ ਮੜੀ ਅੱਗੇ ਹੀ ਮਹਾਰਾਜ ਨੇ ਮੇਰੇ ਤੇ ਮੁਸੀਬਤ ਪਾਈ ਹੋਈ ਹੈ ਘਰ ਵਾਲੀ ਕੈਂਸਰ ਦੇ ਮਰੀਜ਼ ਉਹ ਕਹਿੰਦੇ ਚਾਲੇ ਪਾ ਗਈ ਪਿਛਲੇ ਸਾਲ ਹਾਪ ਟੈਗ ਦੀ ਦਵਾਈ ਖਾਣਾਗਾ 15 ਵਰੇ ਹੋ ਗਏ ਬਹੁਤ ਮਨ ਤੋਂ ਦੁਖੀ ਆ ਤੇ ਮੁੰਡੇ ਇਥੋਂ ਭੱਜ ਕੇ ਮੋਟਰਸਾਈਕਲ ਤੇ ਪਿੰਡ ਛੱਡੇ ਹੁਣ ਮੈਂ ਟੀਕਾ ਲਵਾ ਕੇ ਬਿਲਕੁਲ ਮੈਨੂੰ ਪੈਰ ਨਹੀਂ ਜਰੇ ਆ ਗਿਆ ਵਾਹ ਕੇ ਕਿਸ ਜਾਣਾ ਹੀ ਜਾਣਾ ਮੈਂ ਤੇ ਮੈਂ ਬਹੁਤ ਮੁਸ਼ਕਲ ਆ ਜੇ ਮੈਨੂੰ ਕੋਈ ਸਰਕਾਰ ਹੱਕ ਦਿੰਦੀ ਆ ਤਾਂ ਵਾਹ ਬਲੀਆ ਤੇ ਨਹੀਂ ਫਿਰ ਹੋਰ ਕੀ ਕਰਨਾ ਜੀ ਫਿਰ ਖੁਦਕੁਸ਼ੀ ਦਾ ਹੈਗੀ ਇਹ ਤਾਂ ਬਾਤ ਤਾਂ ਕੋਈ ਹੈ ਨਹੀਂ ਔਰ ਲੈਣੇ ਦੇਣੇ ਵਾਲੇ ਤਾਂ ਮੰਗਣਗੇ ਕਿੱਧਰ ਚਾਵਾਂਗੇ ਉਹਨਾਂ ਨੇ ਤਾਂ ਮੰਗਣਾ ਹੀ ਮੰਗਣਾ ਉਹਨਾਂ ਨੇ ਆਪਣਾ ਠੇਕਾ ਦਿੱਤਾ ਤੇ ਪੈਣੀ ਦਿੱਤੀ ਜਿਆਦਾ ਦਿੱਤੀ ਆ ਮੈਂ ਤੈਨੂੰ ਉਹਨੀਆਂ ਕਹੇ ਵੀ ਤੂੰ ਸੜ ਗਈ ਤੇਰੀ ਮਾਦਾ 70000 ਰੁਪਿਆ ਟੇਕੇ ਦਾ ਦਿੱਤਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਆ ਜੀ ਸਨਫਾ ਜੀ ਮੇਰ ਸਿੰਘ ਜੀ ਪਿੰਡ ਤਾਮਕੋਟ ਜੀ ਕੀ ਬੇ ਨੁਕਸਾਨ ਹੋਇਆ ਹਾਂਜੀ ਟਰੈਕਟਰ ਸਾਡੇ ਗਵਾਨ ਕਨਕ ਵੜਦੇ ਸੀ ਸਾਡੇ ਗਵਾਨ ਨਾਜਰ ਸਿੰਘ ਦੇ ਮੁੰਡੇ ਜੀ ਨਾਜਰ ਸਿੰਘ ਸਨਫਾ ਕਰਨੈਲ ਸਿੰਘ ਉਹਨਾਂ ਨੇ ਟਰਾਲੀ ਭਰੀ ਸੀ ਫੁੱਲ ਜਾਲੀ ਲੱਗੀ ਸੀ ਵੜ ਟੱਕਰੀ ਘੱਟ ਤੋਂ ਘੱਟ 250 ਮਣਡਾਂ ਨੇ ਸੀ ਉਹਨਾਂ ਨੇ ਮੂਰੇ ਟਰੈਕਟਰ ਪਾਇਆ ਪਾ ਕੇ ਖਿੱਚਿਆ ਜਦੋਂ ਖਿੱਚਿਆ ਤੇ ਉਹ ਟਰੈਕਟਰ ਕਿਤੇ ਸਵਾਰਕ ਕਰ ਗਿਆ ਨਾ ਸਾਨੂੰ ਪਤਾ ਲੱਗਾ 99 ਟਰੈਕਟਰ ਉਦੋਂ ਲੰਘ ਗਿਆ ਸੀ ਉਦੋਂ ਬਾਅਦ ਉਹ ਚੰਗੜੀ ਹੌਲੀ ਹੌਲੀ ਤੱਕੀ ਆ ਉਦੋਂ ਬਾਅਦ ਅੱਗ ਲੱਗ ਗਈ ਮਸ਼ੀਨਾਂ ਵਾਲੇ ਨੂੰ ਪਤਾ ਲੱਗਾ ਸਾਨੂੰ ਅਜੇ ਪਤਾ ਨਹੀਂ ਲੱਗਿਆ ਸੀ ਫਿਰ ਅਸੀਂ ਭੱਜ ਕੇ ਗਏ ਅੱਗ ਬੁਝਾਈ ਤੇ ਬੁਝਾਈ ਮੁੜ ਕੇ ਹਵਾ ਆ ਗਈ ਇੱਕਦਮ ਹੋਰ ਵੱਧ ਗਈ ਉਦੋਂ ਬਾਅਦ ਫਿਰ ਅਸੀਂ ਫੇਰ ਵਗੇ ਨੂੰ ਫਿਰ ਪਹਿਲਾਂ ਵੀ ਫੋਨ ਕੀਤਾ ਹਾਂ ਫਿਰ ਅੱਗੇ ਜਾ ਕੇ ਬੁਝਾਈ ਸਾਡੇ ਪਿੰਡ ਵਾਲਿਆਂ ਨੇ ਫੇਰ ਵਗੇਟ ਨੇ ਹਾਂਜੀ ਹਾਂ ਰਲ ਕੇ ਬੁਝਾਈ ਆ ਜੀ ਤੇ ਤੁਹਾਡਾ ਵੀ ਕੋਈ ਹੈ ਚਾਹ ਦੱਸੀ ਸਾਡਾ ਆਪ ਦਾ ਨੁਕਸਾਨ ਹੋਇਆ ਜੀ ਸਾਡੇ 35 ਕਿੱਲੇ ਵਾਣੇ ਸਾਡੇ ਚਾਚੇ ਤਾਏ ਸਾਰੇ ਪਰਿਵਾਰ ਦੇ ਜੀ ਸਾਡਾ ਟੋ ਹਾਂਜੀ ਮਾੜਾ ਦੱਤ ਘਰ ਮਤੋ ਸਹਾਰਾ ਕੋ ਸਪਾਲ ਸਿੰਘ ਮੇਰਾ ਨਾਮ ਜੀ ਕਿਹੜਾ ਪਿੰਡ ਹੈ ਜੀ ਤਾਮਕੋਟ ਜੀ ਕੀ ਘਟਨਾ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਤੁਹਾਡੀ ਕਣਕ ਦੀ ਬਾਈ ਕੋਈ ਪਤਨ ਲੱਗੇ ਵੀਰੇ ਆਪਾਂ ਨੂੰ ਜੀ ਜੀ ਹਾਂਜੀ ਕਿੰਨਾ ਰਕਬਾ ਸੀ ਤੁਹਾਡੀ ਕਣਕ ਦਾ ਜਿਹੜਾ ਜਲ ਕੇ ਹੋ ਟਰੈਕਟਰ ਦਾ ਕੋਈ ਨੁਕਸਾਨ ਹੋ ਗਿਆ ਜੀ ਮੰਨ ਲਓ 25 ਕਿੱਲੇ ਤੋਂ ਮੇਰਾ ਮੱਚ ਗਈ ਸਾਰੇ ਤੁਹਾਡੀ ਆਪਦੀ ਸੀ ਕਿ ਕਿਤੇ ਲਈ ਨਹੀਂ ਨਹੀਂ ਮੇਰੀ ਆਪਦੀ ਸੀ ਆਪਦੀ ਸੀ ਹਾਂਜੀ ਤਹਿਸੀਲਦਾਰ ਅਨਰ ਕਮਰ ਸ਼ਰਮਾ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਕਿਸਾਨਾਂ ਦੀ ਫਸਲ ਨੋਟ ਕਰ ਰਹੇ ਹਨ ਕਿ ਕਿਸਤਾ ਕਿੰਨਾ ਰਕਬਾ ਸੜਿਆ ਹੈ ਜੀ ਸਰ ਤੀਨੋਂ ਸਰ ਤੁਹਾਡਾ ਮਿਲ ਕੁਮਾਰ ਨੈਬ ਤਸੀਲਾਰ ਦੋਦਾਵਾਦੂ ਚਾਰਜ ਤਸੀਲਾਰ ਗਿੱਦੜਵਾ ਦਾ ਜੀ ਸਰ ਜਿਹੜੀ ਅੱਜ ਤਨਤਾਮਕੋਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਰੀਬ 100 ਏਕੜ ਦੇ ਰਕਬਾ ਕਣਕ ਸੀ ਅੱਗ ਲੱਗ ਕੇ ਸਵਾ ਇਹ ਰਕਬਾ ਪਿੰਡ ਪੁੰਦੜ ਦਾ ਹੈ ਜੀ ਤੇ ਇੱਥੇ ਪਤਾ ਲੱਗਿਆ ਵੀ ਅੱਗ ਲੱਗੀ ਹੈ ਐਕੂਰੇਟ ਤਾਂ ਅਸੀਂ ਪਟਵਾਰੀ ਲਾਤੇ ਨੇ ਚਾਰੇ ਪਾਸੇ ਜਾ ਕੇ ਮਿਲ ਕੇ ਇੱਕ ਇੱਕ ਖਸਰਾ ਨੰਬਰ ਕਿਹੜਾ ਮਾਲਕ ਹੈ ਕਿਹਦੀ ਕਾਸਤ ਹੈਗੀ ਸਾਰੀ ਰਿਪੋਰਟ ਐਕੂਰੇਟ ਤੇ ਕਿੱਲਿਆਂ ਦਾ ਤਾਂ ਉਸ ਤੋਂ ਪਤਾ ਲੱਗੇਗਾ ਜੀ ਨੁਕਸਾਨ ਬਹੁਤ ਹੋਇਆ ਹੈ ਜੀ ਜੀ ਬਹੁਤ ਮਾੜਾ ਆਇਆ ਜਿਨ੍ਹਾਂ ਨੇ 6 ਮਹੀਨੇ ਕਾ ਫਸਲ ਵਿਚਾਰਿਆਂ ਨੇ ਪਾਲੀ ਹੈਗੀ ਤਾਂ ਹੁਣ ਮੌਕੇ ਦੇ ਉੱਤੇ ਆ ਕੇ ਵਿਚਾਰਿਆਂ ਦੇ ਹੋਇਆ ਬਹੁਤ ਹੀ ਮਾੜਾ ਆਇਆ ਇੱਥੇ ਆ ਕੇ ਪਤਾ ਲੱਗੇ ਸੀ ਪਿੰਡ ਵਾਲਿਆਂ ਨੇ ਤੇ ਫਾਰਬਰੇਡ ਵਾਲਿਆਂ ਨੇ ਅੱਗ ਬਜਾਤੀ ਸੀ ਤੇ ਅਸੀਂ ਆਏ ਹਾਂ ਜਿਵੇਂ ਉਹ ਬੰਦਿਆਂ ਦੀ ਰਿਪੋਰਟ ਤਿਆਰ ਹੋ ਜਾਂਦੀ ਹੈ ਕਿਸੇ ਕਿਸੇ ਕਿੰਨੇ ਕਿੰਨੇ ਘਣਕ ਸੀਗੀ ਉਸ ਮੁਤਾਬਕ ਅਸੀਂ ਗਵਰਨਮੈਂਟ ਨੂੰ ਉੱਪਰ ਡੀ ਸਾਹਿਬ ਦੇ ਰਾਹੀਂ ਗਵਰਨਮੈਂਟ ਨੂੰ ਇਹਨਾਂ ਦੇ ਮੌਜੂਦ ਵਾਸਤੇ ਸਪਾਰਸ਼ ਕਰਕੇ ਭੇਜ ਦੇਵਾਂਗੇ